ਮੈਂ ਕੋਮਲ ਸਾਗਰ, ਪਿੰਡ ਨੂਰਪੁਰ ਬੇਦੀ, ਜ਼ਿਲ੍ਹਾ ਰੋਪੜ ਤੋਂ ਹਾਂ ਮੈਂ। ਅਤੇ ਦਿਨੇਸ਼ ਚੱਡਾ MLA ਨੇ ਜੀ ਸਾਡੇ ਇਲਾਕੇ ਦੇ। ਅਤੇ ਸਰ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਦੇ ਦਿਨ ਨਿਯੁਕਤੀ ਪੱਤਰ ਦੇਣ ਦੇ ਲਈ। ਸਰ, ਇਸ ਦਿਨ ਦਾ ਇੰਤਜ਼ਾਰ ਆਪਾਂ ਤਾਂ ਨਹੀਂ, ਮੇਰੇ ਤਾਂ ਸਾਰੇ ਪਰਿਵਾਰ ਨੇ ਪਿਛਲੇ 5 ਸਾਲ ਤੋਂ ਕਰ ਰਹੇ ਇਸ ਚੀਜ਼ ਦਾ ਇੰਤਜ਼ਾਰ। ਅਤੇ ਟੈਸਟ ਕਲੀਅਰ ਹੁੰਦੇ ਸੀਗੇ, ਕਈ ਵਾਰੀ ਲੈਟਰ ਨਹੀਂ ਮਿਲੇ ਹੈਗੇ ਸਾਨੂੰ। ਅਤੇ ਹੁਣ ਤੁਸੀਂ ਅੱਜ ਦਾ ਦਿਨ ਸਾਡੇ ਲਈ ਮਤਲਬ ਇੱਕ ਤਿਉਹਾਰ ਦੀ ਤਰ੍ਹਾਂ ਬਣਾ ਦਿੱਤਾ। ਅਤੇ ਸਰ, ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ, ਲੈਕਚਰਾਰ। ਅਤੇ ਜਦੋਂ ਤੁਹਾਡੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ, ਅਤੇ ਸਰ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਸਾਥ ਦਿੱਤਾ ਸੀਗਾ, ਮਤਲਬ ਸਭ ਤੋਂ ਅੱਗੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ। ਅਤੇ ਉਦੋਂ ਜਦੋਂ ਤੁਹਾਡੀ ਤੁਸੀਂ CM ਬਣ ਗਏ ਸੀਗੇ, ਮੈਨੂੰ ਲੱਗਦਾ ਨਹੀਂ ਕਿ ਇੰਨੀ ਖੁਸ਼ੀ ਕਿਸੇ ਨੂੰ ਵੀ ਹੋਈ ਹੋਊਗੀ। ਅਤੇ ਤੁਸੀਂ ਸਾਡਾ ਜਿਹੜਾ ਹੈ ਇਹ ਸਪਨਾ ਸਾਕਾਰ ਕਰਕੇ ਸਾਨੂੰ ਨੌਕਰੀ ਦੇ ਕੇ ਬਹੁਤ ਵੱਡਾ ਸਾਡੇ ਲਈ ਤੋਹਫਾ ਦੇ ਕੇ ਜਾ ਰਹੇ ਹੋ ਸਰ। ਅਤੇ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ। ਅੱਜ ਸਾਡੇ ਸਿਰਫ ਇੰਨੇ ਕੁ ਜਣਿਆਂ ਦੇ ਸਿਲੈਕਟ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਹੈ ਤਸਵੀਰ ਨਹੀਂ ਬਦਲੇਗੀ, ਹਲੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਲੋੜ ਹੈ ਸਰ। ਬਹੁਤ ਸਾਰਾ ਜਿਹੜਾ ਪੰਜਾਬ ਦੇ ਵਿੱਚ ਯੂਥ ਹੈ ਉਹ ਅਨਇੰਪਲੋਇਡ ਬੈਠਾ ਹੋਇਆ ਸਰ। ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਜਿੰਨਾ ਟਾਈਮ ਤੁਹਾਡੇ ਕੋਲ ਰਿਹਾ। ਅਤੇ ਸਾਨੂੰ ਸਭ ਵੱਧ ਤੋਂ ਵੱਧ ਬੱਚਿਆਂ ਨੂੰ ਇਹ ਹੈ ਜਿਹੜੀ ਇੰਪਲੋਇਮੈਂਟ ਦੇ ਕੇ ਜਾਓ। ਅਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਅਤੇ ਆਈ ਐਮ ਯੂਅਰ ਬਿਗੈਸਟ ਫੈਨ ਬਚਪਨ ਤੋਂ ਹੀ ਸਰ। ਤੁਹਾਡੀ ਜਿਹੜੀ ਹੈ, ਜਿਹੜੀ ਤੁਹਾਡੀ ਪਰਸਨੈਲਿਟੀ ਹੈਗੀ ਹੈ, ਆਈ ਲਾਈਕ ਇਟ ਵੈਰੀ ਮੱਚ ਸਰ। ਥੈਂਕ ਯੂ ਸੋ ਮੱਚ ਅੱਜ ਦੇ ਲਈ ਸਰ। ਥੈਂਕ ਯੂ, ਥੈਂਕ ਯੂ। ਇਹ ਹਰ ਪੰਜਾਬ ਦੇ ਨੌਜਵਾਨ ਦੀ ਕਹਾਣੀ ਹੈ ਜੀ, ਜਿਨ੍ਹਾਂ ਨੇ ਅੱਜ ਇੱਥੇ ਗੱਲ ਕੀਤੀ। ਮੈਂ ਕੋਮਲ ਸਾਗਰ, ਪਿੰਡ ਨੂਰਪੁਰ ਬੇਦੀ, ਜ਼ਿਲ੍ਹਾ ਰੋਪੜ ਤੋਂ ਹਾਂ ਮੈਂ। ਅਤੇ ਦਿਨੇਸ਼ ਚੱਡਾ MLA ਨੇ ਜੀ ਸਾਡੇ ਇਲਾਕੇ ਦੇ। ਅਤੇ ਸਰ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਦੇ ਦਿਨ ਨਿਯੁਕਤੀ ਪੱਤਰ ਦੇਣ ਦੇ ਲਈ। ਸਰ, ਇਸ ਦਿਨ ਦਾ ਇੰਤਜ਼ਾਰ ਆਪਾਂ ਤਾਂ ਨਹੀਂ, ਮੇਰੇ ਤਾਂ ਸਾਰੇ ਪਰਿਵਾਰ ਨੇ ਪਿਛਲੇ 5 ਸਾਲ ਤੋਂ ਕਰ ਰਹੇ ਇਸ ਚੀਜ਼ ਦਾ ਇੰਤਜ਼ਾਰ। ਅਤੇ ਟੈਸਟ ਕਲੀਅਰ ਹੁੰਦੇ ਸੀਗੇ, ਕਈ ਵਾਰੀ ਲੈਟਰ ਨਹੀਂ ਮਿਲੇ ਹੈਗੇ ਸਾਨੂੰ। ਅਤੇ ਹੁਣ ਤੁਸੀਂ ਅੱਜ ਦਾ ਦਿਨ ਸਾਡੇ ਲਈ ਮਤਲਬ ਇੱਕ ਤਿਉਹਾਰ ਦੀ ਤਰ੍ਹਾਂ ਬਣਾ ਦਿੱਤਾ। ਅਤੇ ਸਰ, ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ, ਲੈਕਚਰਾਰ। ਅਤੇ ਜਦੋਂ ਤੁਹਾਡੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ, ਅਤੇ ਸਰ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਸਾਥ ਦਿੱਤਾ ਸੀਗਾ, ਮਤਲਬ ਸਭ ਤੋਂ ਅੱਗੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ। ਅਤੇ ਉਦੋਂ ਜਦੋਂ ਤੁਹਾਡੀ ਤੁਸੀਂ CM ਬਣ ਗਏ ਸੀਗੇ, ਮੈਨੂੰ ਲੱਗਦਾ ਨਹੀਂ ਕਿ ਇੰਨੀ ਖੁਸ਼ੀ ਕਿਸੇ ਨੂੰ ਵੀ ਹੋਈ ਹੋਊਗੀ। ਅਤੇ ਤੁਸੀਂ ਸਾਡਾ ਜਿਹੜਾ ਹੈ ਇਹ ਸਪਨਾ ਸਾਕਾਰ ਕਰਕੇ ਸਾਨੂੰ ਨੌਕਰੀ ਦੇ ਕੇ ਬਹੁਤ ਵੱਡਾ ਸਾਡੇ ਲਈ ਤੋਹਫਾ ਦੇ ਕੇ ਜਾ ਰਹੇ ਹੋ ਸਰ। ਅਤੇ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ। ਅੱਜ ਸਾਡੇ ਸਿਰਫ ਇੰਨੇ ਕੁ ਜਣਿਆਂ ਦੇ ਸਿਲੈਕਟ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਹੈ ਤਸਵੀਰ ਨਹੀਂ ਬਦਲੇਗੀ, ਹਲੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਲੋੜ ਹੈ ਸਰ। ਬਹੁਤ ਸਾਰਾ ਜਿਹੜਾ ਪੰਜਾਬ ਦੇ ਵਿੱਚ ਯੂਥ ਹੈ ਉਹ ਅਨਇੰਪਲੋਇਡ ਬੈਠਾ ਹੋਇਆ ਸਰ। ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਜਿੰਨਾ ਟਾਈਮ ਤੁਹਾਡੇ ਕੋਲ ਰਿਹਾ। ਅਤੇ ਸਾਨੂੰ ਸਭ ਵੱਧ ਤੋਂ ਵੱਧ ਬੱਚਿਆਂ ਨੂੰ ਇਹ ਹੈ ਜਿਹੜੀ ਇੰਪਲੋਇਮੈਂਟ ਦੇ ਕੇ ਜਾਓ। ਅਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਅਤੇ ਆਈ ਐਮ ਯੂਅਰ ਬਿਗੈਸਟ ਫੈਨ ਬਚਪਨ ਤੋਂ ਹੀ ਸਰ। ਤੁਹਾਡੀ ਜਿਹੜੀ ਹੈ, ਜਿਹੜੀ ਤੁਹਾਡੀ ਪਰਸਨੈਲਿਟੀ ਹੈਗੀ ਹੈ, ਆਈ ਲਾਈਕ ਇਟ ਵੈਰੀ ਮੱਚ ਸਰ। ਥੈਂਕ ਯੂ ਸੋ ਮੱਚ ਅੱਜ ਦੇ ਲਈ ਸਰ। ਥੈਂਕ ਯੂ, ਥੈਂਕ ਯੂ। ਇਹ ਹਰ ਪੰਜਾਬ ਦੇ ਨੌਜਵਾਨ ਦੀ ਕਹਾਣੀ ਹੈ ਜੀ, ਜਿਨ੍ਹਾਂ ਨੇ ਅੱਜ ਇੱਥੇ ਗੱਲ ਕੀਤੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।